गुरु के उत्ते साडा भरोसा चाहिए आ, विश्वास चाहिए आ। जो तो गुरु के उत्ते सानू भरोसा आ गया ना जी, विश्वास बन गया, फिर साढ़े जीवन के किसी चीज़ की कमी नहीं रहनी है। सारिया चीज़ा गुरु मालिक ने साड़ी झोली च पाउणी है। जिद्दण सानू रब ते भरोसा हो गया, कोई माई सी जिदे घर दे विच अत की गरीबी है, कदे रोटी पकती है तो कदे नहीं पकती, जिद्दण रोटी पकती है तो उदण भी आखदी है वाहिगुरु तेरा शुकराना तुसी खाण नू अज रोटी दित्ती है, तो जिद्दण नहीं पकी तो सतगुर उदण भी तुहाडा शुकराना आ, किरपा करके डोलना ना दिओ। गरीबी च अक्सर बंदे डोल जाते, रोता उहदा जीवन इदां ही बतीत हुंदा आ कि जे रोटी पक गई तां भी शुकराना है, जे रोटी ना पक्की तां भी शुकराना आ, जे घर विच खुशी है तां भी शुकराना है, जे घर च दुख है ते तां भी शुकराना है। हर समय शुकराना करन वाली है। किसी शाहूकार ने उस बीबी नूं देखिया, उहदे घर बार दी जिहड़ी हालात ने उहने पता कीते कि बड़े माड़े ने, पर नाल दी नाल उह शाहूकार ने इह वी देखिया कि इहदे घर च अत दी गरीबी है, पर रब ते बड़ा भरोसा है, रब ते बड़ा विश्वास करदी है। मैं इहदा विश्वास तोड़ना चाहुंदा, मैं दुनिया के लोगों को दिखाउणा चाहुंदा आ कि जदों माया आउंदी है ना बंदे कोल, उदों बंदा रब नूं भुल जांदा आ। ਉਹ ਸ਼ਾਹੂਕਾਰ ਨੇ ਇਹ ਸੋਚ ਕੇ ਆਪਣੇ ਇੱਕ ਕਰਿੰਦੇ ਨੂੰ, ਆਪਣੇ ਇੱਕ ਬੰਦੇ ਨੂੰ ਬਹੁਤ ਸਾਰੇ ਪਦਾਰਥ ਲੈ ਕੇ ਨਾ ਜੀ, ਜਿਹਦੇ ਵਿੱਚ ਰਾਸ਼ਨ ਦਾ ਸਮਾਨ ਕਹਿ ਲਓ ਸੀਗਾ, ਬਹੁਤ ਸਮਾਨ ਉਹਨੇ ਇਕੱਠਾ ਕਰਕੇ ਉਸ ਮਾਈ ਦੇ ਘਰ ਵਿੱਚ ਪਹੁੰਚਾ ਦਿੱਤਾ, ਅਤੇ ਆਪਣੇ ਕਰਿੰਦੇ ਨੂੰ ਕਿਹਾ ਕਿ ਜਦੋਂ ਉਹ ਮਾਈ ਪੁੱਛੇ ਕਿ ਇਹ ਸਮਾਨ ਕਿਹਨੇ ਭੇਜਿਆ ਆ, ਤਾਂ ਤੂੰ ਇਹ ਕਹਿਣਾ ਕਿ ਇਹ ਸਮਾਨ ਭਗਵਾਨ ਨੇ ਨਹੀਂ, ਇਹ ਸਮਾਨ ਸ਼ੈਤਾਨ ਨੇ ਭੇਜਿਆ ਆ। ਉਹ ਜਿਹੜਾ ਬੰਦਾ ਹੁਣ ਗਿਆ ਉਹਦੇ ਦਿਮਾਗ ਵਿੱਚ ਇਹ ਹੈ ਕਿ ਜਾ ਕੇ ਇਹ ਗੱਲ ਮੈਂ ਕਹਿਣੀ ਹੈ, ਗੱਲ ਵਿਸ਼ਵਾਸ ਦੀ ਕਰਨ ਲੱਗਾ ਜੀ। ਜਦੋਂ ਉਹ ਸਮਾਨ ਲੈ ਕੇ ਸਾਰਾ ਉਸ ਮਾਈ ਦੇ ਘਰ ਵਿੱਚ ਪਹੁੰਚਿਆ, ਉਹਨੇ ਰਾਸ਼ਨ ਰੱਖਿਆ ਸਾਰਾ ਕੁਝ, ਜੋ ਵੀ ਸਮਾਨ ਲੈ ਕੇ ਆਇਆ ਸੀਗਾ ਉਹਨੇ ਰੱਖਿਆ, ਉਸ ਮਾਈ ਨੇ ਉਸ ਆਏ ਹੋਏ ਕਰਿੰਦੇ ਦਾ ਧੰਨਵਾਦ ਕੀਤਾ, ਉਹਨੂੰ ਪੁੱਛਿਆ ਭਾਈ ਸਾਹਿਬ ਪਾਣੀ ਛਕੋਗੇ, ਧੰਨਵਾਦ ਕਰਕੇ ਉਹਨੂੰ ਪਾਣੀ ਪਿਲਾਇਆ, ਅਤੇ ਤੀਜੀ ਉਹਨੇ ਗੱਲ ਆਖੀ ਚੰਗਾ ਜੀ ਤੁਹਾਡਾ ਸ਼ੁਕਰੀਆ, ਧੰਨਵਾਦ ਹੁਣ ਤੁਸੀਂ ਜਾ ਸਕਦੇ ਹੋ। ਜਦੋਂ ਉਸ ਮਾਈ ਨੇ ਇਹ ਗੱਲ ਕਹੀ ਤਾਂ ਆਏ ਹੋਏ ਉਸ ਮਨੁੱਖ ਨੇ ਪੁੱਛਿਆ, ਕਹਿੰਦਾ ਮਾਈ ਇਹ ਨਹੀਂ ਪੁੱਛੇਗੀ ਸਮਾਨ ਕਿੱਥੋਂ ਆਇਆ, ਇੰਨਾ ਪਦਾਰਥ ਤੇਰੇ ਘਰ ਦੇ ਵਿੱਚ ਤੇਰੇ ਘਰ 'ਚ ਲਾ ਕੇ ਮੈਂ ਢੇਰ ਲਾ ਦਿੱਤਾ, ਤੂੰ ਇਹ ਨਹੀਂ ਪੁੱਛੇਗੀ ਸਮਾਨ ਆਇਆ ਕਿੱਥੋਂ ਹੈ। ਉਸ ਮਾਈ ਨੇ ਜਵਾਬ ਦਿੱਤਾ, ਕਹਿੰਦੀ ਮੈਨੂੰ ਆਪਣੇ ਗੁਰੂ 'ਤੇ ਭਰੋਸਾ ਬਹੁਤ ਹੈ, ਮੈਨੂੰ ਆਪਣੇ ਰੱਬ 'ਤੇ ਭਰੋਸਾ ਬਹੁਤ ਹੈ, ਮੈਨੂੰ ਉਸ ਰੱਬ 'ਤੇ ਐਡਾ ਵਿਸ਼ਵਾਸ ਹੈ ਕਿ ਜੇ ਅੱਜ ਇਹ ਸਮਾਨ ਮੇਰੇ ਘਰ ਦੇ ਵਿੱਚ ਆਇਆ ਆ ਅਤੇ ਇਹ ਸਮਾਨ ਰੱਬ ਨੇ ਪਹੁੰਚਾਇਆ ਆ, ਰੱਬ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਪਹੁੰਚਾ ਸਕਦਾ, ਹਾਂ ਜੇ ਰੱਬ ਹੁਕਮ ਕਰ ਦੇਵੇ ਤਾਂ ਸ਼ੈਤਾਨ ਨੂੰ ਵੀ ਸਮਾਨ ਲੈ ਕੇ ਮੇਰੇ ਘਰ ਆਉਣਾ ਪੈ ਸਕਦਾ ਆ, ਪਰ ਭਰੋਸਾ ਮੈਨੂੰ ਰੱਬ 'ਤੇ ਆ, ਰੱਬ 'ਤੇ ਹੁਕਮ ਹੋਇਆ ਆ ਤਾਂ ਹੀ ਕੋਈ ਸ਼ੈਤਾਨ ਵੀ ਚੱਲ ਕੇ ਮੇਰੇ ਘਰ ਤੱਕ ਸਮਾਨ ਦੇ ਦੇਗਾ, ਪਰ ਰੱਬ ਦੇ ਹੁਕਮ ਤੋਂ ਬਿਨਾਂ ਕੋਈ ਇੱਕ ਚੀਜ਼ ਵੀ ਮੇਰੇ ਘਰ ਤੱਕ ਨਹੀਂ ਲਿਆ ਸਕਦਾ। ਉਸ ਬੰਦੇ ਨੇ ਜਦੋਂ ਇਹ ਗੱਲ ਸੁਣੀ ਉਹ ਮਾਈ ਦੇ ਪੈਰਾਂ ਵਿੱਚੋਂ ਡਿੱਗਿਆ ਅਤੇ ਆਖਦਾ, ਮਾਈ ਤੇਰੇ ਬਾਰੇ ਸੁਣਿਆ ਬਹੁਤ ਸੀਗਾ ਕਿ ਤੈਨੂੰ ਰੱਬ 'ਤੇ ਬੜਾ ਭਰੋਸਾ ਹੈ, ਰੱਬ 'ਤੇ ਬੜਾ ਵਿਸ਼ਵਾਸ ਹੈ, ਅਤੇ ਅੱਜ ਤੇਰੇ ਜੀਵਨ ਦੀ ਇਸ ਝਲਕ ਨੂੰ ਦੇਖ ਕੇ ਪਤਾ ਵੀ ਲੱਗ ਗਿਆ ਆ ਕਿ ਜਿਸ ਮਨੁੱਖ ਨੂੰ ਰੱਬ 'ਤੇ ਭਰੋਸਾ ਹੋਏਗਾ ਅਤੇ ਯਾਦ ਰੱਖੇ ਸ਼ੈਤਾਨ ਵੀ ਉਸ ਮਨੁੱਖ ਦੇ ਘਰ ਦੇ ਕਾਰਜ ਸਵਾਰ ਜਾਂਦਾ, ਕਦੇ ਕਾਰਜ ਵਿਗਾੜੇਗਾ ਨਹੀਂ। ਬਸ ਜੀਵਨ 'ਚ ਜਦੋਂ ਸਾਨੂੰ ਇਸ ਮਾਈ ਜਿੰਨਾ ਭਰੋਸਾ ਹੋ ਗਿਆ ਨਾ ਜੀ, ਮਾਈ ਜਿੰਨਾ ਵਿਸ਼ਵਾਸ ਅਸੀਂ ਗੁਰੂ 'ਤੇ ਕਰ ਲਿਆ, ਫਿਰ ਮੇਰੇ ਮਾਲਕ ਜੀ ਕਹਿੰਦੇ ਇਕੱਲਾ ਪੜ੍ਹੀ ਨਾ ਜਾਈ, ਇਸ ਗੱਲ ਦੇ ਉੱਤੇ ਅਮਲ ਵੀ ਕਰੀ ਕਿ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਜਦੋਂ ਅਸੀਂ ਇਹ ਪੰਕਤੀਆਂ ਪੜ੍ਹ ਲਈਆਂ ਅਤੇ ਇਹਨਾਂ ਪੰਕਤੀਆਂ 'ਤੇ ਭਰੋਸਾ ਕਰ ਲਿਆ ਅਤੇ ਮਾਲਕ ਦੀ ਸਾਡੇ ਜੀਵਨ ਵਿੱਚ ਉਹ ਚੀਜ਼ਾਂ ਵੀ ਸਾਨੂੰ ਦੇਣਗੇ ਜਿਹੜੀਆਂ ਕਦੇ ਅਸੀਂ ਸੋਚੀਆਂ ਨਹੀਂ ਹੁੰਦੀਆਂ। ਮਾਲਕ ਜੀ ਸਾਡੇ ਘਰ 'ਚ ਸੁੱਖ ਆਨੰਦ ਖੇੜੇ ਜ਼ਰੂਰ ਵਰਤਾਉਣਗੇ ਜਦੋਂ ਅਸੀਂ ਗੁਰੂ 'ਤੇ ਭਰੋਸਾ ਕਰ ਲਿਆ।
ਗੁਰੂ 'ਤੇ ਵਿਸ਼ਵਾਸ ਕਰ ਲਿਆ, ਜਦੋਂ ਗੁਰੂ 'ਤੇ ਭਰੋਸਾ ਹੋ ਗਿਆ ਅਤੇ ਬਾਕੀ ਜ਼ਿੰਮੇਵਾਰੀ ਸਾਰੀ ਗੁਰੂ ਦੀ ਰਹਿ ਜਾਂਦੀ ਹੈ ਕਿ ਹੁਣ ਜਿਸ ਮਨੁੱਖ ਨੇ ਮੇਰੇ 'ਤੇ ਭਰੋਸਾ ਕਰਿਆ ਆ ਮੈਂ ਉਹਦੇ ਜੀਵਨ ਦੇ ਵਿੱਚ ਖੁਸ਼ੀਆਂ ਦੇਣੀਆਂ ਆ। ਆਓ ਗੁਰੂ ਮਾਲਕ ਜੀ ਦੇ ਚਰਨਾਂ 'ਚ ਇਹ ਅਰਦਾਸ ਕਰਨੀ ਹੈ ਕਿ ਸਤਿਗੁਰ ਕਿਰਪਾ ਕਰਿਓ, ਸਾਡੇ ਅੰਦਰ ਵੀ ਆਪ ਜੀ ਦੇ ਪ੍ਰਤੀ ਇੱਕ ਵਿਸ਼ਵਾਸ, ਇੱਕ ਭਰੋਸਾ, ਇੱਕ ਸਿਦਕ ਪੈਦਾ ਹੋਵੇ ਅਤੇ ਮਾਲਕ ਜੀ ਤੇਰੇ ਕੀਤੇ ਹੋਏ 'ਤੇ ਕਦੇ ਮੈਂ ਸ਼ਿਕਵਾ ਨਾ ਕਰਾਂ, ਕਦੇ ਸ਼ੰਕਾ ਨਾ ਕਰਾਂ, ਬਸ ਮੇਰੇ ਮੁੱਖ ਤੋਂ ਇਹ ਨਿਕਲੇ ਕਿ ਜੋ ਮੇਰਾ ਮਾਲਕ ਕਰਦਾ ਆ ਉਹ ਸਹੀ ਕਰਦਾ ਆ। ਗੁਰੂ ਮਾਲਕ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦੇ।